ਸਰਕਾਰ ਵੱਲੋਂ BSF ਦਾ ਅਧਿਕਾਰਕ ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ, ਜਿਸ ਕਾਰਨ ਪੰਜਾਬ ਭਰ ਵਿੱਚ ਵੱਖ ਵੱਖ ਹਿੱਸਿਆਂ 'ਚ ਇਸਦਾ ਵਿਰੋਧ ਜਤਾਇਆ ਜਾ ਰਿਹਾ। ਉੱਥੇ ਹੀ ਕਈ ਸਿਆਸੀ ਬਿਆਨ ਵੀ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਜ਼ਿਲ੍ਹਾ ਤਰਨ ਤਾਰਨ ਵਿੱਚ ਵੀ ਇਸਦਾ ਅਸਰ ਵੇਖਣ ਨੂੰ ਮਿਲਿਆ। ਇਸ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਅਤੇ ਘਰਾਂ ਦੇ ਵਸਨੀਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੂਰਾ ਤਰਨ ਤਾਰਨ ਜ਼ਿਲ੍ਹਾ BSF ਦੇ ਅਧਿਕਾਰਕ ਖੇਤਰ ਵਿੱਚ ਆ ਜਾਵੇਗਾ, ਜਿਸ ਨਾਲ BSF ਦੇ ਜਵਾਨਾਂ ਵੱਲੋਂ ਕਿਸੇ ਵੀ ਘਰ ਦੀ ਤਲਾਸ਼ੀ ਲਈ ਜਾ ਸਕਦੀ ਹੈ। ਇਸ ਨਾਲ ਪਿੰਡਾਂ ਵਿੱਚ ਵਸਦੇ ਲੋਕਾਂ ਵਿੱਚ ਸਹਿਮ ਵੀ ਰਹੇਗਾ ਅਤੇ BSF ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਸਕੇਗੀ ਅਤੇ ਇਹ ਪੂਰੀ ਤਰ੍ਹਾਂ ਪੰਜਾਬ ਪ੍ਰਾਂਤ ਨੂੰ ਕੇਂਦਰ ਦੇ ਹਵਾਲੇ ਕਰਨ ਦੀ ਕੁੱਜੀ ਹਰਕਤ ਹੈ ਅਤੇ ਕੇਂਦਰ ਸਰਕਾਰ ਦੀ ਦਿੱਲੀ ਮੋਰਚੇ ਨੂੰ ਢਾਹ ਲਾਉਣ ਦੀ ਕੋਜ਼ੀ ਹਰਕਤ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ। ਜਿਹੜਾ ਇਹਨਾਂ ਦਾਇਰਾ ਵਧਾਇਆ ਜੀ BSF ਦਾ, ਉਹ ਬਹੁਤ ਘਟੀਆ ਕਾਰਵਾਈ ਮੈਂ ਸਮਝਦਾ ਜੀ ਜਿਹੜੀ ਕੀਤੀ ਆ BJP ਮੋਦੀ ਸਰਕਾਰ ਨੇ। ਉਹਦਾ ਕਾਰਨ ਹੈ ਪੰਜਾਬ ਨੂੰ ਦਬਾਉਣ ਵਾਸਤੇ, ਜਿਹੜੇ ਦਿੱਲੀ ਕਾਲੇ ਕਾਨੂੰਨਾਂ ਵਾਸਤੇ ਸਾਰੇ ਕਿਸਾਨ ਬੈਠੇ ਉਹਨਾਂ ਨੂੰ ਉੱਥੋਂ ਉਠਾਉਣ ਵਾਸਤੇ ਜਾਂ ਸਾਡੇ ਦਬਦਬਾ ਵਧਾਉਣ ਵਾਸਤੇ ਸਰਕਾਰ ਨੇ ਕੀਤਾ, ਜੋ ਕਿ ਬਹੁਤ ਘਟੀਆ ਕਾਰਵਾਈ ਕੀਤੀ ਆ। ਅਸੀਂ ਬਹੁਤ ਇਹ ਨਿੰਦਣਯੋਗ ਆ, ਇਹਦੀ ਨਿੰਦਿਆ ਕਰਦੇ ਹਾਂ। ਬਾਕੀ ਅਸੀਂ ਜੇ ਕਾਲੇ ਕਾਨੂੰਨਾਂ ਨੂੰ ਜਾਂ ਜਿਹੜੇ ਹੋਏ ਇਹਨਾਂ ਨੇ ਲਾਇਆ ਵਾ ਜਾਂ BSF ਨੂੰ ਦਾਇਰਾ ਵਧਾਇਆ, ਬਹੁਤ ਮਾੜਾ ਵਾ, ਅਸੀਂ ਇਹਨੂੰ ਮਾੜਾ ਸਮਝਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿੰਨੇ ਵੀ ਬਾਰਡਰ 'ਤੇ, ਬਾਰਡਰ ਏਰੀਏ 'ਤੇ 50 ਕਿਲੋਮੀਟਰ ਏਰੀਏ 'ਚ ਆਉਂਦੇ ਆ, ਇਹ ਜਦੋਂ BSF ਰਾਤ ਬਰਾਤੇ ਗ੍ਰਿਸਤੀਆਂ ਦੇ ਘਰ 'ਚ ਆਊਗੀ, ਕੁਛ ਕਿਸ ਤਰ੍ਹਾਂ ਸੁੱਤਾ ਹੁੰਦਾ, ਪੈਸਾ ਧੇਲਾ ਰੱਖਿਆ ਹੁੰਦਾ, ਮਤਲਬ ਕਿਸੇ ਨੇ ਗਹਿਣਾ ਰੱਖਿਆ ਹੁੰਦਾ, ਫਿਰ ਪਰਦਾ 'ਤੇ ਕੋਈ ਨਾ ਰਹਿ ਗਿਆ ਕਿ ਇਹ ਚੋਰਾਂ ਤੋਂ ਡਰਦੇ ਹਾਂ, ਚੋਰਾਂ ਤੋਂ ਕਿਸੇ ਬੀਬੀ ਨੇ ਲੁਕਾ ਕੇ ਰੱਖਿਆ ਹੁੰਦਾ, ਇਹ ਸਾਰਾ ਖਿਲਾਰਨਗੇ। ਪੈਸਾ ਧੇਲਾ ਜੇ ਕਿਸੇ ਨੇ ਚੋਰਾਂ ਤੋਂ ਡਰਦਿਆਂ ਲੁਕਾ ਕੇ ਰੱਖਿਆ ਵੀ ਸਾਡੇ ਘਰ ਚੋਰ ਆ ਕੇ ਕਿਤੇ ਲੱਭਣਾ ਜਾਵੇ, ਇਹ ਸਾਰਾ ਕੁਝ ਖਿਲਾਰਨਗੇ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨਗੇ, ਜੋ ਨਾ ਕਿਸੇ ਦਾ ਸੋਣਾ ਅਤੇ ਨਾ ਮਤਲਬ ਜੀਣਾ ਆਰਾਮ ਹੋ ਜੂਗਾ। ਇਸ ਕਰਕੇ ਇਹ ਜਿਹੜਾ ਫਰਮਾਨ ਆ, ਸ਼ਾਹੀ ਫਰਮਾਨ, ਇਹਨੂੰ ਬਿਲਕੁਲ ਵਾਪਸ ਲਿਆ ਜਾਵੇ, ਜਿੱਦਾਂ ਮਤਲਬ ਇਹਨਾਂ ਨੇ ਫਰਮਾਨ ਕੀਤਾ ਉੱਦਾਂ ਵਾਪਸ ਲੈ ਜਾਣ, ਨਹੀਂ ਤਾਂ ਕਿਸੇ ਵੀ ਧੀ ਭੈਣ ਦੀ ਇੱਜ਼ਤ ਜਿਹੜੀ ਆ ਉਹ ਬਰਕਰਾਰ ਨਹੀਂ ਰਹੂਗੀ, ਕਿਸੇ ਨੌਜਵਾਨ ਦੀ ਇੱਜ਼ਤ ਜਿਹੜੀ ਬਰਕਰਾਰ ਨਹੀਂ ਹੈਗੀ, ਨੌਜਵਾਨ ਕੋਲ ਸੁਰੱਖਿਅਤ ਨਹੀਂ ਰਹੂਗਾ, ਧੀ ਭੈਣ ਕੋਲ ਸੁਰੱਖਿਅਤ ਨਹੀਂ ਰਹੂਗੀ, ਅਤੇ ਇਸ ਕਰਕੇ ਕੋਈ ਸੁਣਵਾਈ ਨਹੀਂ ਹੋਣੀ। ਅਤੇ ਇਹ ਜਿਹੜਾ ਫਰਮਾਨ ਆ, ਐਡਾ ਮਾੜਾ ਫਰਮਾਨ ਆ, ਕੋਈ ਗੱਲ ਕਰਨ ਵਾਲੀ ਨਹੀਂ। ਇਹ ਮੋਦੀ ਸਾਹਿਬ ਨੂੰ, ਅਹਿਮਦ ਸ਼ਾਹ ਨੂੰ ਕਹਿੰਦੇ ਹਾਂ ਵੀ ਇਹੋ ਜਿਹੇ ਫਰਮਾਨ ਜਿਹੜੇ ਆ ਉਹ ਸਿਰਫ ਕਿਸਾਨ ਅੰਦੋਲਨ ਨੂੰ ਜਿਹੜਾ ਵਾ ਉਹ ਢਾਹ ਲਾਉਣ ਵਾਸਤੇ, ਲੋਕਾਂ ਦਾ ਧਿਆਨ ਇਸ ਪਾਸੇ ਖਿੱਚ ਕੇ ਅਤੇ ਮਤਲਬ ਉਹਨਾਂ ਨੂੰ ਫੇਲ ਕਰਨਾ ਚਾਹੁੰਦੇ ਆ। ਪਰ ਇਹ ਜਿਹੜੇ ਮਨਸੂਬੇ ਆ ਇਹ ਮੋਦੀ ਸਾਹਿਬ ਦੇ ਨਹੀਂ ਪੂਰੇ ਹੋਣਗੇ। ਇਹ ਮਾਝੇ ਦੀ ਜਿਹੜੀ ਤੋਂ ਚੰਗਿਆੜੀ ਉੱਠਦੀ ਆ, ਇਹ ਤਾਂ ਮਾਝੇ ਨੂੰ ਦਬਾਉਣ ਲੱਗੇ ਆ ਕਿ ਜਿਹੜੀ ਵੀ ਅੰਦੋਲਨ ਦੀ ਚੰਗਿਆੜੀ ਉੱਠਦੀ, ਜਿਹੜਾ ਜ਼ਬਰ ਜਨਾਹ ਕਰਦੇ ਆ, ਇਹ ਚੰਗਿਆੜੀ ਸਿਰਫ ਮਾਝੇ ਤੋਂ ਉੱਠਦੀ ਆ ਅਤੇ ਗਾੜੀ ਮੁੜ ਕੇ ਫੈਲਦੀ ਆ, ਫਿਰ ਅੱਗ ਬਾਰੇ ਭਾਂਬੜ ਬਲਦੇ ਆ। ਇਹ ਕਰਕੇ ਇਹ ਜਿਹੜੇ ਆ ਇਹ ਨਹੀਂ ਚੱਲਣ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਜੀ ਵੇਖੋ, ਜਿਹੜੇ ਘਰਾਂ ਦੇ ਵਿੱਚ ਲੋਕ ਵੱਸਦੇ ਆ, ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਬਾਰਡਰਾਂ 'ਤੇ ਰਹਿੰਦੇ ਆ ਜੀ, ਉਹਨਾਂ ਨੂੰ ਤਾਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜੀ। ਇਸ ਕਰਕੇ ਜਿਹੜਾ 50 ਕਿਲੋਮੀਟਰ ਦੀ ਰੇਂਜ ਲਾ ਦਿੱਤੀ ਗਈ ਆ, ਇੱਕ ਤਾਂ ਆਪਾਂ ਨੂੰ ਬਹੁਤ ਦੁਖੀ ਹਿਰਦੇ ਨਾਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਬਾਰਡਰ ਸਕਿਉਰਟੀ ਫੋਰਸ ਆ ਜਿਹਨੂੰ BSF ਕਿਹਾ ਜਾਂਦਾ ਵਾ, ਉਹਦੇ ਵਿੱਚ ਰਾਤ ਬਰਾਤੇ ਦਿਨੇ ਜਦੋਂ ਵੀ ਮਰਜ਼ੀ ਉਹ ਆਪਣੇ ਆਣ ਕੇ ਚੈਕਿੰਗ ਕਰ ਸਕਦੇ ਆ। ਉਹਦੇ ਵਿੱਚ ਸਾਨੂੰ ਖਤਰਾ ਹੀ ਖਤਰਾ ਵਾ, ਸਾਡੀਆਂ ਬੱਚੀਆਂ ਨੂੰ, ਸਾਡੀਆਂ ਧੀਆਂ ਨੂੰ, ਨੌਹਾਂ ਨੂੰ, ਫਿਰ ਸਾਨੂੰ ਵੀ ਕੋਈ ਆਪਣਾ ਘਰ ਦੇ ਵਿੱਚ ਕੋਈ ਕੀਮਤੀ ਸਮਾਨ ਰੱਖਿਆ ਵਾ ਉਹ ਖੜ ਸਕਦੇ ਆ। ਇਹਦੇ ਵਿੱਚ ਸਾਨੂੰ ਇਹਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਨਾ ਚਾਹੁੰਦੇ ਹਾਂ ਵੀ ਸਾਡੇ ਵੱਸ ਦੀ ਗੱਲ ਨਹੀਂ ਗੀ, ਇਹਨੂੰ ਕਾਨੂੰਨ ਵਾਪਸ ਕੀਤੇ ਜਾਣ। ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ, ਅਹਿਮਦ ਸ਼ਾਹ ਨੂੰ ਕਹਿੰਦੇ ਹਾਂ ਵੀ ਸਾਡੇ ਪੰਜਾਬ ਦਾ ਜਿਹੜਾ ਵਾ
ਕਿਉਂ ਬੇੜਾ ਗਰ ਕਰਨ ਲੱਗੇ ਨੇ, ਕਿਉਂਕਿ ਜਿਹੜੀ ਵੀ ਚੀਜ਼ ਪੰਜਾਬ ਤੋਂ ਮਾਝੇ ਤੋਂ ਲਾਗੂ ਹੁੰਦੀ ਆ ਉਹਦੇ ਵਿੱਚ ਇਹ ਸਾਰਾ ਜ਼ਬਤ ਕਰਨਾ ਚਾਹੁੰਦੇ ਆ ਵੀ ਮਾਝੇ ਤੋਂ ਕੋਈ ਨਵਾਂ ਕਾਨੂੰਨ ਨਾ ਉਠਾਉਣ। ਦੂਜੀ ਗੱਲ ਰਹੀ ਆਪਣੇ ਕਾਲੇ ਕਾਨੂੰਨਾਂ ਦੀ, ਕਾਲੇ ਕਾਨੂੰਨਾਂ ਦਾ ਜੋ ਫੈਸਲਾ ਵਾ, ਕਿਉਂਕਿ ਮਾਝੇ ਦੀ ਸਟੇਟ ਤੋਂ ਲੈ ਕੇ 32 ਜਥੇਬੰਦੀਆਂ ਦਿੱਲੀ ਦੇ ਵਿੱਚ ਬੈਠੀਆਂ ਵਾਂ, ਕਿਉਂਕਿ ਇਹਨਾਂ ਨੂੰ ਦਬਾਉਣਾ ਚਾਹੁੰਦੀ, ਖਲੇਰਨਾ ਚਾਹੁੰਦੀ ਆ। ਦੂਜੀ ਗੱਲ ਇਹ ਕਹਿਣਾ ਚਾਹੁੰਦਾ ਵਾਂ ਵੀ ਜਿੱਦਾਂ ਹੁਣ ਆਪਾਂ ਜਥੇਬੰਦੀਆਂ ਇਕੱਠ ਕਰ ਸਕਦੇ ਹਾਂ, ਆਪਾਂ ਇਕੱਠ ਨਹੀਂ ਕਰ ਸਕਦੇ, ਏਕਾ ਨਹੀਂ ਕਰ ਸਕਦੇ, ਸਾਨੂੰ ਖਤਰਾ ਵਾ ਇਹ ਕਾਨੂੰਨ ਵਾਪਸ ਲੈ ਜਾਣ। ਇੰਨੀਆਂ ਗੱਲਾਂ ਦਾ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਨੂਪ ਸਿੰਘ ਕੋਲੜੀ, ਇੱਕ ਆਮ ਨਾਗਰਿਕ, ਪੰਜਾਬ ਦਾ ਨਾਗਰਿਕ ਅਤੇ ਕਿਸਾਨ ਆ। ਜਿਹੜਾ BSF ਨੇ, ਸੈਂਟਰ ਸਰਕਾਰ ਨੇ ਕੱਲ੍ਹ ਜਦੋਂ ਉਹਦਾ 50 ਕਿਲੋਮੀਟਰ ਦਾ ਦਾਇਰਾ ਕੀਤਾ, ਉਹਦੇ ਵਿੱਚ ਸਾਨੂੰ ਇਹਨਾਂ ਨੇ 5-6 ਸਟੇਟਾਂ 'ਚ ਨਾਲ ਉਹਨਾਂ ਦੇ ਮੈਚ ਕੀਤਾ, ਜਦੋਂ ਕਿ ਰਾਜਸਥਾਨ ਔਰ ਦੂਸਰਾ ਗੁਜਰਾਤ ਦਾ ਜੋ ਏਰੀਆ ਸੀ ਉਹ ਪਹਿਲਾਂ 50 ਕਿਲੋਮੀਟਰ ਹੀ, ਉਹ ਘਟਾ ਕੇ ਇਹਨਾਂ 15 ਕਿਲੋਮੀਟਰ ਕੀਤਾ, ਕਿਉਂਕਿ ਗੁਜਰਾਤ ਦੇ ਸੀ ਆਪਣਾ ਪ੍ਰਾਈਮ ਮਿਨਿਸਟਰ ਆ, ਗੁਜਰਾਤ ਦਾ ਗ੍ਰਹਿ ਮੰਤਰੀ ਆ। ਸਾਨੂੰ ਇਹਨਾਂ ਮੈਚਿੰਗ ਕੀਤਾ ਇਹਦੇ ਨਾਲ ਆਪਣੇ ਰਾਜਸਥਾਨ ਦੇ ਨਾਲ, ਕਿ ਜਦੋਂ ਰਾਜਸਥਾਨ ਦੇ ਵਿੱਚ ਟਿੱਬੇ ਆ 200 ਕਿਲੋਮੀਟਰ ਤੱਕ, ਅਤੇ ਸਾਡਾ ਵਾ ਜਿਹੜਾ ਪੰਜਾਬ ਦਾ ਏਰੀਆ ਬਾਰਡਰ ਏਰੀਆ, ਸਾਡਾ ਜਿਹੜਾ ਮਹਿੰਦੀਪੁਰ ਬਾਰਡਰ ਆ, ਜਿਹੜਾ ਬਿਲਕੁਲ ਖੇਮਗੜ ਖਾਲੜੇ ਬਿਲਕੁਲ ਬਾਰਡਰ ਦੇ ਕਿਲੋਮੀਟਰ ਵਾ, ਅਤੇ ਉਹ ਬਾਕੀ ਜਿੱਦਾਂ ਇਹਨਾਂ ਬੰਗਾਲ 'ਚ ਕੀਤਾ, ਅਸਾਮ 'ਚ ਕੀਤਾ, ਬੰਗਾਲ ਵਾਲੀ ਵੀ ਜੋ CM ਮਮਤਾ ਬੈਨਰਜੀ ਬੋਲੂਗੀ, ਔਰ ਰਾਤੀ ਡਿਬੇਟ ਚੱਲ ਰਹੀ ਸੀ, ਉਹਨਾਂ ਨੇ ਆਖਿਆ ਵੀ ਜਿਹੜਾ ਸਰੀਨ ਆ ਜਾਂ ਨਿਲ ਸਰੀਨ ਆ BJP ਦਾ, ਜਿਹੜਾ ਉਹਨੇ ਇਹ ਗੱਲ ਆਖੀ ਆ ਵੀ ਜਦੋਂ ਰਾਜਸਥਾਨ 'ਚ ਕਾਂਗਰਸ ਸਰਕਾਰ ਨੂੰ ਵਿਰੋਧ ਨਹੀਂ ਕੀਤਾ ਪਰ ਨਹੀਂ ਵਿਰੋਧ ਕੀਤਾ ਪਰ ਉਹ 200 ਕਿਲੋਮੀਟਰ ਤੱਕ ਉਹ ਟਿੱਬੇ ਚੱਲਣੇ 250, ਉਹਦਾ ਕੋਈ ਅਸਰ ਨਹੀਂ ਹੈਗਾ ਉੱਥੇ, ਨਾ ਕੋਈ ਬੰਦਾ ਦਾ ਪਰਿੰਦਾ ਨਾ ਜਾਨਵਰ ਵਾ। ਔਰ ਗੁਜਰਾਤ ਦਾ ਉਹ 300 ਕਿਲੋਮੀਟਰ ਤੱਕ ਆ, ਜਿਹੜਾ ਅਸਾਮ ਆ ਉਹ ਜੰਗਲੀ ਏਰੀਆ ਵਾ। ਜਿਹੜਾ ਜੇ ਮਮਤਾ ਬੈਨਰਜੀ ਇਹਨਾਂ ਜੋ ਫੈਸਲਾ ਕਰ ਦਿੱਤਾ ਇਹ ਬਿਲਕੁਲ ਗਲਤ ਵਾ, ਸਾਨੂੰ ਇਹ ਮਨਜ਼ੂਰ ਨਹੀਂ। ਅੱਜ BSF ਦਾ ਦਾਇਰਾ 50 ਕਿਲੋਮੀਟਰ ਦਾ ਕੀਤਾ, ਅਤੇ ਕਿਸੇ ਸ਼ਖਸ ਨੂੰ ਵੀ ਸਾਨੂੰ ਰਾਤ ਰੋਕ ਕੇ ਉਹਦੀ ਗੱਡੀ ਚੁੱਕ ਕੇ ਉਹਨੂੰ ਜੇਬ ਲੈ ਜਾਣਗੇ, ਸਾਨੂੰ ਕੋਈ ਸੁਣਵਾਈ ਨਹੀਂ ਗੀ ਨਾ ਸਾਡੇ ਤੋਂ ਨਾ। ਇਹਦੇ ਪਿੱਛੇ ਇੱਕ ਸਾਜਿਸ਼ ਕੰਮ ਕਰ ਰਹੀ ਆ, ਜਦੋਂ ਕੋਈ ਕਿਸਾਨ ਅੰਦੋਲਨ ਜਾਂ ਜਨ ਅੰਦੋਲਨ ਚੱਲ ਰਿਹਾ ਵਾ, ਇਹਨੇ ਕਾਂਗਰਸ ਨੂੰ ਇਹਨਾਂ ਨੇ ਮੋਦੀ ਸਰਕਾਰ ਨੇ ਢਾਹ ਲਾਉਣ ਵਾਸਤੇ 50 ਕਿਲੋਮੀਟਰ ਦਾਇਰਾ ਕੀਤਾ, ਆਪਣੀ ਫੋਰਸ ਲਾ ਦਿੱਤੀ। ਇਹ ਮਿਸਾਲ ਉਹ ਦਿੱਤੀ ਜਿੱਦਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਆ ਅਤੇ ਪੁਲਿਸ ਜਿਹੜੀ ਉਹ ਦਿੱਲੀ ਦੇ ਅੰਡਰ ਵਾ, ਕਿਉਂ ਉਹਨਾਂ ਨੂੰ ਬੋਲਣ ਦੀ, ਉਹ ਇਹਨਾਂ ਨੂੰ ਪੰਜਾਬ ਨੂੰ ਸਾਨੂੰ ਕਾਬੂ ਕਰਨ ਵਾਸਤੇ ਇੱਕ ਨਹਾਉਣੀਅਰ ਕੀਤੀ, ਸਾਨੂੰ ਬਿਲਕੁਲ ਮਨਜ਼ੂਰ ਨਹੀਂ। ਔਰ ਜਿਹੜਾ ਇਹ ਫਰਮਾਨ ਆ ਹੋਰ ਕਿਸੇ ਸਟੇਟ 'ਤੇ ਲਾਗੂ ਹੋ ਕੇ ਉਹ ਕੋਈ ਨੁਕਸਾਨ ਨਾ ਕਰੇ, ਪਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਆ। BS ਪੁੱਛ ਤੋਂ ਮਰਜ਼ੀ ਆਵੇ ਸਾਡੇ ਘਰ ਦਾ ਰਾਤ ਬੂਹਾ ਖੜਕਾਊ, ਕਹਿੰਦਾ ਟੱਪੂ ਸਾਡੇ ਕੋਲੋਂ ਨੌਜਵਾਨਾਂ ਨੂੰ ਲੈ ਜਾਊ, ਜਾਂ ਖੁਦ ਸਾਰਾ ਸਮਾਨ ਲੈ ਗਏ, ਸਾਡੀ ਗੱਡੀ ਚੁੱਕ ਲਈ ਜਾਂ ਰਾਹ ਤੁਰੇ ਜਾਂਦੇ ਆ। ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਆ ਇਹ ਜ਼ੀਰੋ ਹੋ ਕੇ ਰਹਿ ਗਿਆ, ਜਿਉਂ ਕਿਉਂਕਿ ਆਪਣੇ ਇੱਧਰੋਂ ਗੁਰਦਾਸਪੁਰ ਸਾਈਡ ਤੋਂ ਲੈ ਕੇ ਖੇਮ ਆਪਣੇ ਬਾਬਾ ਬਕਾਲ ਸਾਹਿਬ 50 ਕਿਲੋਮੀਟਰ 'ਚ ਆ ਗਿਆ, ਖੇਮਗੜ੍ਹ ਤੋਂ ਲੈ ਕੇ ਅਸੀਂ ਤਰਨ ਤਾਰਨ ਵਾਲੇ ਸਰੇ ਵਿੱਚ ਆ ਗਏ ਹਾਂ, ਸਾਡੀ ਕੋਈ ਸੁਣਵਾਈ ਨਹੀਂ। ਜਦੋਂ ਕਿ ਕੋਈ ਕਾਨੂੰਨ ਸੋਸਿਆ ਜਾਂਦਾ ਜਿੱਦਾਂ ਸਾਡੇ ਦੇ ਕਾਲੇ ਕਾਨੂੰਨ 3 ਲਾਗੂ ਕੀਤੇ ਆ, ਅਸੀਂ ਸਾਨੂੰ ਨਹੀਂ ਮਨਜ਼ੂਰ ਆ। ਇਸੇ ਤਰ੍ਹਾਂ ਹੀ ਇਹਨਾਂ ਨੇ 5-6 ਸਟੇਟਾਂ 'ਚ ਜਿਹੜੀ ਰਾਤੀ TV 'ਤੇ ਡਿਬੇਟ ਆ ਰਹੀ ਸੀ ਪੰਜਾਬ ਹਰਿਆਣਾ 'ਤੇ, ਉਹਨਾਂ ਨੇ ਆਖਿਆ ਵੀ ਸਾਨੂੰ ਲਗਾਤਾਰ ਕਰਦੇ ਰਹੇ ਜੇ, ਪਰ ਕਿਸੇ ਨੂੰ ਕੁਛ ਨਹੀਂ ਦੱਸਿਆ, ਪਰ ਬਿੱਲੀ ਥੈਲੇ ਤੋਂ ਬਾਹਰ ਆ ਗਈ ਆ। ਇਹਨਾਂ ਦੀ ਮਿਲੀ ਭੁਗਤਣਾ ਇਹ ਕੰਮ ਹੋਇਆ ਵਾ, ਜਿਹੜੀ ਇਹ ਕਾਂਗਰਸ ਦੀ ਸਿਆਸੀ ਲੜਾਈ ਸੀ, ਇਹਨਾਂ ਦੀ ਕੁਰਸੀ ਦੀ ਲੜਾਈ 'ਚ ਸਾਡਾ ਨੁਕਸਾਨ ਹੋਇਆ, ਸਾਡੇ ਦੇ ਕਾਨੂੰਨ ਨਹੀਂ ਸੀ ਲਾਗੂ ਹੁੰਦਾ, ਪਰ ਇਹਨਾਂ ਜਾਣ ਬੁੱਝ ਕੇ ਲਾਗੂ ਕੀਤਾ ਕਿ ਇਸ ਤਰ੍ਹਾਂ ਕੇ ਪੰਜਾਬ ਨੂੰ ਕਾਬੂ ਕਰੀਏ। ਜਿਹੜਾ ਦਿੱਲੀ ਦੇ ਗੁਰੂਆਂ ਦੇ ਮੋਰਚਾ ਚੱਲ ਰਿਹਾ ਇਹਨੂੰ ਫੇਲ ਕਰੀਏ,
ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਜੋ ਕਿਸਾਨ ਸੰਘਰਸ਼ ਸੰਯੁਕਤ ਮੋਰਚਾ ਚੱਲ ਰਿਹਾ ਤਿੰਨੇ ਕਾਨੂੰਨ ਕਾਲੇ ਰੱਦ ਕਰਾ ਕੇ ਰਵਾਂਗੇ ਔਰ MSP ਬਿਜਲੀ ਐਕਟ 2020 ਜੋ ਵੀ ਹੈਗਾ ਲਾਗੂ ਕਰਾ ਕੇ ਲਾਗੂ ਉਹਨਾਂ ਨੂੰ ਕੈਂਸਲ ਕਰਾ ਕੇ ਰਵਾਂਗੇ। ਪਰ ਦਿੱਲੀ ਦਾ ਮੋਰਚਾ ਤਾਂ ਚਲੋ ਮੋਦੀ ਅਮਿਤ ਸ਼ਾਹ ਜੋ ਮਰਜ਼ੀ ਆਪਣਾ ਕਰੇ ਅਸੀਂ ਉਹਨੂੰ ਕਦੀ ਵੀ ਨਹੀਂ ਬਖਸ਼ਾਂਗੇ। ਜਿਹੜੀ ਇਹ ਕੌਮ ਪੰਜਾਬ ਦੀ ਇੱਕ ਜੁਝਾਰੂ ਕੌਮ ਆ, ਨਾ ਕਿਸੇ ਦੇ ਵਾਧਾ ਕਰਦੀ ਨਾ ਜਰਦੀ ਆ, ਪਰ ਜਿਹੜਾ ਆਹ ਐਕਟ ਨਾ ਬਿਨਾਂ ਦੱਸੇ ਪੁੱਛੇ ਸਾਰੇ ਦੁਆ ਕੀਤਾ ਸਾਨੂੰ ਨਹੀਂ ਮਨਜ਼ੂਰ ਆ। ਪਰ ਮੋਦੀ ਸਰਕਾਰ ਨੂੰ ਤੁਹਾਡੇ ਚੰਦਰ ਜੀ ਇਹ ਦੱਸਣਾ ਚਾਹੁੰਦੇ ਹਾਂ ਮੋਦੀ ਸਾਹਿਬ ਇਹ ਆਪਣਾ ਫਰਮਾਨ ਸਾਹੀ ਹੁਕਮ ਵਾਪਸ ਲੈ ਲਓ ਅਤੇ ਅੱਗੇ ਤੁਸੀਂ ਲਖੀਮਪੁਰ ਖੀਦੇ ਵਿੱਚ ਜੋ ਕੀਤਾ ਉਹ ਜਿਹੜੇ ਸਾਰੇ ਕਿਸਾਨ ਸ਼ਹੀਦ ਇੱਕ ਪੱਤਰਕਾਰ ਸ਼ਹੀਦ ਕੀਤਾ ਜਦੋਂ ਕਿ ਉਹਦੇ ਜਿਹੜੀ ਉਹ ਤੁਸੀਂ ਵੀਡੀਓ ਵੇਖੋ PTC ਨਿਊਜ਼ 'ਤੇ ਜਿਹੜੀ ਆਪਣੀ ਲਖੀਮਪੁਰ ਖੀਰੀ ਹੋਈ ਆ, ਚਾਰ ਕਿਸਾਨ ਉਹ ਨੋਵਾ ਗੱਡੀ ਦੇ ਅੱਗੇ ਚਾਰ ਸਾਈਡ ਦੇ ਚਾਰ ਪਿੱਛੇ ਅੱਗੇ ਅੱਗੇ ਸੱਜੇ ਖੱਬੇ ਚਾਰ ਪਿੱਛੇ ਉਹਦੀ ਗੱਡੀ ਲੰਘਾ ਰਹੇ ਆ, ਉਹ ਗੱਡੀ ਲੰਘਦੀ ਆ ਪਿੱਛੋਂ ਇੱਕ ਥਾਰ ਗੱਡੀ ਆ ਜਿਹਦੇ 'ਚ ਅਸੀਸ ਮਿਸਰਾ ਉਹ ਕੈਬਨਿਟ ਮੰਤਰੀ ਦਾ ਬੰਦਾ ਮੁੰਡਾ ਬੈਠਾ ਵਾ, ਉਹਨੇ ਗੱਡੀ ਚੜ੍ਹਾਈ ਆ, ਕਹਿੰਦਾ ਮੇਰਾ ਮੁੰਡਾ ਨਹੀਂ ਇੱਥੇ, ਪੁਲਿਸ ਨੇ ਉੱਥੇ ਆਪਾਂ ਇੱਧਰ ਜਿਹੜੀ ਕੀਤੀ। ਲੇਕਿਨ ਜੋ ਸੁਪਰੀਮ ਮਾਣਯੋਗ ਸੁਪਰੀਮ ਕੋਰਟ ਨੇ ਸਾਡੀ ਹੈਲਪ ਕੀਤੀ ਕਿਸਾਨ ਮੋਰਚੇ ਵਾਲਿਆਂ ਦੀ, ਉਹਨਾਂ ਨੇ ਕੀਤਾ ਵੀ ਉਹਦੀ ਵੀਡੀਓ ਵੇਖੀ ਆ ਜਦੋਂ ਕਿ ਕੈਬਨਿਟ ਮੰਤਰੀ ਆਦਾ ਮੇਰਾ ਮੁੰਡਾ ਦੰਗਲ ਦੇ ਵਿੱਚ ਵਾ, ਉਹਦੀ ਕੈਬਨਿਟ ਜਿਹੜੀ ਵੇਖੀ ਉਹਦੀ ਦੰਗਲ ਦੀ ਉਹਦੀ ਵੀਡੀਓ ਵੇਖੀ ਆ, ਦੋ ਇੱਕ ਘੰਟਾ ਉਹ ਦੰਗਲ ਦੇ ਵਿੱਚ ਗੈਪ ਰਹਿੰਦਾ ਵਾ, ਉਸੇ ਟਾਈਮ 'ਤੇ ਆਉਂਦਾ ਵਾ। ਅੱਜ ਉਹ ਸੀਸ ਮਿਸਰਾ ਉਹੀ ਆ ਜਿਹਨੂੰ ਕਿ ਜਿੱਥੇ ਐਫ ਆਈ ਦਰਜ ਹੋਈ ਆ, ਪਰ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਪਰ ਇਹ ਸਾਨੂੰ ਕਦਾ ਚਿੱਤ ਮਨਜ਼ੂਰ ਨਹੀਂ। ਪਰ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ, ਬਾਕੀ ਕੰਨੇ ਕਾਲੇ ਕਾਨੂੰਨ ਰੱਦ ਕਰਾ ਕੇ ਰਵਾਂਗੇ। ਆਹ ਬਾਕੀ ਉਹ ਸਾਈ ਜਿਹੜੇ ਤੁਗਲਕ ਫਰਮਾਨ ਕੀਤਾ ਇਸ ਤਰ੍ਹਾਂ ਸਾਨੂੰ ਮਨਜ਼ੂਰ ਨਹੀਂ। ਇੱਦਾਂ ਦੇ ਸਾਡੇ ਜਿਹੜੀਆਂ ਅੰਗਰੇਜ਼ ਸਰਕਾਰਾਂ ਆਈਆਂ ਅਸੀਂ ਜ਼ਬਰਦਸਤੀ ਉਹਨਾਂ ਨੂੰ ਨਹੀਂ ਕੀਤਾ ਇਹ, ਪਰ ਸਾਡੀਆਂ ਚੁਣੀਆਂ ਸਰਕਾਰਾਂ ਸਾਡੇ ਘਾਣ ਕਰਨੀਆਂ ਚਾਹੁੰਦੀਆਂ, ਸਾਡੀਆਂ ਫਸਲਾਂ ਅਤੇ ਸਾਡੀਆਂ ਨਸਲਾਂ ਇਹਨਾਂ ਨਾਲ ਨੁਕਸਾਨ ਕਰਦੀਆਂ। ਅਸੀਂ ਇਹ ਨੁਕਸਾਨ ਨਹੀਂ ਇਹਦਾ BJP ਵਾਲੇ ਭੁੱਲ ਜਾਣ ਵੀ ਇਹਨਾਂ ਨੂੰ ਪੰਜਾਬ ਨੂੰ ਦਬਾਲਾਂਗੇ, ਪਰ ਜਿੱਦਾਂ ਉਹ ਆਪਣੇ ਸਾਡੇ ਵੱਡਿਆਂ ਦਾ ਫਰਮਾਨ ਆ, ਗੇਂਦ ਨੂੰ ਜਿੰਨਾ ਜ਼ੋਰ ਦੀ ਮਾਰੋ ਉਨੀ ਬੁੜਕ ਉੱਪਰ ਜਾਊਗੀ, ਜੇ ਗੇਂਦ ਨੂੰ ਪ੍ਰੇਮ ਰਹੋ ਗੇਂਦ ਉੱਥੇ ਬੈਠੇਗੀ। ਸੋ ਮੋਦੀ ਸਾਹਿਬ ਆਪਾਂ ਫਰਮਾਨ ਵਾਪਸ ਲੈ ਲਓ, ਸਾਨੂੰ ਇਹ ਮਨਜ਼ੂਰ ਨਹੀਂ। ਸਾਡੇ ਜਿੱਥੇ ਸਟੇਟਾਂ 'ਚ ਤੁਸੀਂ ਅਧਿਕਾਰ ਕਰਨਾ ਕਰੋ, ਪਰ ਸਾਡੇ 50 ਕਿਲੋਮੀਟਰ ਸਾਨੂੰ ਮਨਜ਼ੂਰ ਨਹੀਂ। ਸਾਡੇ ਬੱਚੇ ਤੁਸੀਂ ਨੁਕਸਾਨ ਕਰੋਗੇ, ਸਾਡੀਆਂ ਤਲਾਸੀਆਂ ਕਰੋਗੇ, ਸਾਡੀਆਂ ਰਾਹ ਨੂੰ BSF 12 ਵਜੇ ਆਉਂਦੀ ਆ, ਸਾਡੀ ਸੁਣਵਾਈ ਕੋਈ ਨਹੀਂ ਗੀ, ਪੁਲਿਸ ਪ੍ਰਸ਼ਾਸਨ ਸਾਡਾ ਜ਼ੀਰੋ ਹੋ ਕਰਿਆ ਗਿਆ, SSP ਵੀ ਜ਼ੀਰੋ ਕਰਿਆ ਗਿਆ, IG ਬਾਰਡਰ ਜ਼ੀਰੋ ਕਰਿਆ ਗਿਆ, ਹੁਣ ਤਾਂ ਚੱਲੂਗੀ ਉਹ BSF ਦੀ ਜਿੱਦਾਂ ਦਿੱਲੀ ਸੜਕ ਉੱਥੇ ਚੱਲ ਰਹੀ ਆ। ਇਹਨਾਂ ਗੱਲਾਂ ਨਾਲ ਅਸੀਂ ਵੇਖੋ ਜੀ, ਪਹਿਲਾਂ BSF ਦਾ ਦਾਇਰਾ 15 ਕਿਲੋਮੀਟਰ ਸੀ, ਜਿਹੜਾ ਕੱਲ੍ਹ ਦਾ ਸੈਂਟਰ ਸਰਕਾਰ ਨੇ 50 ਕਿਲੋਮੀਟਰ ਕਰਤਾ ਵਾ, ਉਹ ਬਹੁਤ ਜ਼ਿਆਦਾ ਗਲਤ ਵਾ, ਕਿਉਂਕਿ ਅੱਗੇ ਤੋਂ ਜਿਹੜਾ ਵਾ BSF ਕਿਸੇ ਟਾਈਮ 'ਤੇ ਕਿਸੇ ਵੀ ਘਰ ਦੇ ਆਣ ਕੇ ਤਲਾਸ਼ੀ ਕਰ ਸਕਦੇ ਆ, ਬਿਨਾਂ ਬਰਾਂਡਾ ਤੋਂ ਬਿਨਾਂ ਪੁਲਿਸ ਤੋਂ ਕਰ ਸਕਦੀ ਆ, ਕਿਸੇ ਨੂੰ ਵੀ ਬਾਹਰ ਤੁਰੇ ਫਿਰਦੇ ਨੂੰ ਚੰਗੇ ਭਲੇ ਕਿਸਾਨ ਨੂੰ ਜਿਹੜਾ ਉਹ ਚੁੱਕ ਕੇ ਅਤੇ ਜੇਲ੍ਹਾਂ ਸੁੱਟ ਸਕਦੀ ਆ। ਇਸ ਕਰਕੇ ਅਸੀਂ ਇਹਦਾ ਨਿੰਦਿਆ ਕਰਦੇ ਹਾਂ, ਅਸੀਂ ਇਹ ਕਹਿੰਦੇ ਸੈਂਟਰ ਸਰਕਾਰ ਨੂੰ ਇਹਨੂੰ ਪਿੱਛੇ ਲੈਣਾ ਚਾਹੀਦਾ, ਇਹੋ ਜਿਹੇ ਕਾਨੂੰਨ ਨਹੀਂ ਪਾਸ ਕਰਨੇ ਚਾਹੀਦੇ, ਸਾਡੇ ਅੰਦੋਲਨ 'ਤੇ ਵੀ ਜਿਹੜਾ ਇਹਦਾ ਅਸਰ ਪਊਗਾ। ਮੈਂ ਮੁਖਤਾਰ ਸਿੰਘ ਬਿਹਾਰੀਪੁਰ, ਜਿਹੜਾ ਸੈਂਟਰ ਸਰਕਾਰ ਦੀ ਤਰਫੋਂ 50 ਕਿਲੋਮੀਟਰ ਦਾ ਏਰੀਆ ਜਿਹੜਾ ਵਾ ਬਾਰਡਰ ਤੋਂ ਦਿੱਤਾ ਗਿਆ, ਬਹੁਤ ਹੀ ਘਿਨਾਉਣੀ ਘਟਨਾ ਵਾ, ਕਿਉਂਕਿ BSF ਜਿਹੜੀ ਆ ਇਹ ਸੈਂਟਰ ਦੇ ਅੰਡਰ ਆਉਂਦੀ ਆ, ਇਹਦੇ ਉੱਤੇ ਪੰਜਾਬ ਦਾ ਕੋਈ ਕੰਟਰੋਲ ਨਹੀਂ ਰਹੂਗਾ, ਇਹ ਆਪਣੀ ਮਰਜ਼ੀ ਦੇ ਨਾਲ ਪਿੰਡਾਂ ਦੇ ਵਿੱਚ ਜਾਊਗੀ, ਪਿੰਡਾਂ ਦੇ ਵਿੱਚ ਪਿੰਡਾਂ ਦੇ ਘਰਾਂ ਦੀਆਂ ਤਲਾਸ਼ੀਆਂ ਕਰੂਗੀ, ਤਲਾਸ਼ੀਆਂ ਕਰਨ ਤੋਂ ਬਾਅਦ ਕੋਈ ਵੀ ਸਮਾਨ ਕੋਈ ਵੀ ਚੀਜ਼ ਲੈ ਕੇ ਫਰਾਰ ਹੋ ਜੂਗਾ, ਕੋਈ ਦਾਦ ਫਰਿਆਦ ਨਹੀਂ ਹੋਊਗੀ, ਬਾਕੀ ਕੋਈ ਵੀ ਬੰਦਾ ਇਹਨਾਂ ਦੇ ਕਾਬੂ ਆ ਜੂਗਾ ਉਹਦਾ ਪਤਾ ਉਦੋਂ ਹੀ ਲੱਗੂਗਾ ਜਦੋਂ ਮਤਲਬ ਫੜ ਕੇ ਲੈ ਜਾਣਗੇ। ਅਤੇ ਬਸ ਇਹ ਨਹੀਂ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਇਹ ਜਿਹੜਾ ਅੰਦੋਲਨ ਨੂੰ ਟਾਲ ਆਉਣ ਲਈ ਜਿਹੜੀ ਹੈ ਸਰਕਾਰ ਵੱਲੋਂ ਜਦੋਂ ਕੀਤਾ ਗਿਆ? ਇਹ ਗੌਰਮੈਂਟ ਦੀਆਂ ਬਹੁਤ ਵੱਡੀਆਂ ਚਾਲਾਂ ਵਾ, ਕੋਈ ਵੀ ਜਦੋਂ ਵੀ ਇਹ ਕੋਈ ਨਾ ਕੋਈ ਆਪਣਾ
ਪ੍ਰੋਗਰਾਮ ਜਾਂ ਕੋਈ ਆਪਣਾ ਕਾਨੂੰਨ ਪਾਸ ਕਰਦੀ ਆ, ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਵਾ, ਕਿਉਂਕਿ ਲੋਕਾਂ ਦਾ ਧਿਆਨ ਦੂਰੇ ਪਾਸੇ ਲਾਉਣ ਵਾਸਤੇ। ਇਸ ਕਰਕੇ ਅਸੀਂ ਜਿਹੜੇ ਬਾਰਡਰ ਦੇ ਲੋਕ ਬਾਰਡਰ ਦੇ ਰਹਿੰਦੇ ਹਾਂ, ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਜਿੰਨੇ ਮਰਜ਼ੀ ਇਹ ਕਾਨੂੰਨ ਲੈ ਆਉਣ, ਪਰ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾ ਕੇ ਹੀ ਰਵਾਂਗੇ, ਫੇਰ ਘਰ ਮੁੜਾਂਗੇ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।